ਧੰਨਵਾਦ ਜੀ, ਧੰਨਵਾਦ। ਵਾਕਿਆ ਢਿੱਲੋਂ ਸਾਹਿਬ, ਆਪਣੀ ਖਬਰ ਵੀ ਇਹੀ ਆ ਜਿਹੜਾ ਵੀਰ ਹੋਣਾ ਨੇ ਕਿਹਾ ਆ, ਜਿਹੜਾ ਫਿਰੋਜ਼ਪੁਰ ਦੇ ਵਿੱਚ ਤਿੰਨ ਭੈਣਾਂ ਭਰਾਵਾਂ ਦਾ ਜਿਹੜਾ ਬੇਦਰਦੀ ਨਾਲ ਕਤਲ ਕੀਤਾ ਗਿਆ ਜੀ। ਫਿਰੋਜ਼ਪੁਰ ਤੋਂ ਜਾਣ ਤੋਂ ਪਹਿਲਾਂ ਜੀ, ਮੈਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਸੰਧਵਾਂ ਸਾਹਿਬ ਵਾਲੀ, ਜੀ ਜੀ, ਉਹਦੇ 'ਤੇ ਆਉਣਾ ਚਾਹੁੰਦਾ। ਉਹ ਅਸਲ ਦੇ ਵਿੱਚ ਇਹ ਕਿ ਸੰਧਵਾਂ ਸਾਹਿਬ ਨੇ ਇੱਕ ਬੜੇ ਤਰੀਕੇ ਦੇ ਨਾਲ ਆਪਣੇ ਭਰਾ ਦੇ ਮਾਮਲੇ ਨੂੰ ਵਿਧਾਨ ਸਭਾ ਦੇ ਵਿੱਚ ਰੱਖਿਆ ਅਤੇ ਵਿਧਾਨ ਸਭਾ ਨੂੰ ਸਾਰੀ ਨੂੰ ਅਟੈਂਸ਼ਨ ਕਰਤਾ। ਇਉਂ ਲੱਗਦਾ ਸੀ ਵੀ ਸੰਧਵਾਂ ਸਾਹਿਬ ਦਾ ਸੱਚਮੁੱਚ ਹੀ ਮਤਲਬ ਜਿਹੜੇ ਹੈਗੇ ਆ ਜੀ, ਇਹ ਗੈਂਗਸਟਰ ਜਿਹੜੇ ਪੁਲਿਸ ਵਾਲਿਆਂ ਦਾ ਅਤੇ ਗੈਂਗਸਟਰਾਂ ਦਾ ਆਪਸੀ ਜਿਹੜਾ ਗੱਠਜੋੜ ਹੈ ਅਤੇ ਉਸ ਗੱਠਜੋੜ ਨੂੰ ਤੋੜਨ ਵਾਸਤੇ ਬੜੇ ਗੰਭੀਰ ਹੈ। ਲੇਕਿਨ ਉਹ ਮਾਮਲਾ ਸਭ ਤੋਂ ਪਹਿਲਾਂ ਉਠਾਇਆ, ਇੱਕ ਹਿੰਦੀ ਅਖਬਾਰ ਦੇ ਵਿੱਚ ਖਬਰ ਲੱਗੀ ਸੀ, ਇਹ ਮਾਮਲਾ ਉਠਾਇਆ ਸੁਖਪਾਲ ਸਿੰਘ ਖਹਿਰਾ ਨੇ। ਸੁਖਪਾਲ ਸਿੰਘ ਖਹਿਰਾ ਕਿਉਂਕਿ ਜ਼ਖਮੀ ਸ਼ੇਰ ਹੈ, ਜਦੋਂ ਉਹ ਸਮਾਂ ਮੰਗਦਾ ਉਹਨੂੰ ਸਮਾਂ ਨਹੀਂ ਦਿੱਤਾ ਜਾਂਦਾ। ਜੀਰੋ ਆਵਰ ਇੱਕ ਅਜਿਹਾ ਮਾਮਲਾ ਹੁੰਦਾ ਜਿੱਥੇ ਕੋਈ ਵੀ MLA ਜਦੋਂ ਹੱਥ ਖੜਾ ਕਰਨ ਦਾ ਨਾ, ਤਾਂ ਉਹਨੂੰ ਮੌਕਾ ਦਿੱਤਾ ਜਾਂਦਾ ਕਿ ਭਾਈ ਤੁਸੀਂ ਬੋਲ ਲਓ। ਮੈਂ ਉਹਦੀ ਇੰਟਰਵਿਊ ਸੁਣਿਆ ਸੀ, ਸੁਖਪਾਲ ਸਿੰਘ ਖਹਿਰਾ ਦੀ ਕਿਸੇ ਜਰਨਲਿਸਟ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦਾ ਯਾਰ ਮੈਂ ਇਹਨਾਂ ਕਈ ਵਾਰੀ ਹੱਥ ਖੜਾ ਕੀਤਾ, ਕਹਿੰਦੀ ਮੈਨੂੰ ਮੌਕਾ ਦੇ ਦਿਓ, ਕਹਿੰਦੇ ਮੈਨੂੰ ਮੌਕਾ ਨਹੀਂ ਮਿਲਿਆ, ਜੇ ਮੌਕਾ ਮਿਲਿਆ ਮੈਨੂੰ ਤਾਂ ਮੈਨੂੰ ਕਹਿੰਦੇ ਬਸ ਕੁਝ ਸਕਿੰਟਾਂ ਬਾਅਦ ਹੀ ਕਹਿੰਦਾ ਬਹਿ ਜਾ ਭਾਈ ਤੇਰਾ ਕੰਮ ਹੋ ਗਿਆ, ਮੈਨੂੰ ਬੋਲਣ ਵੀ ਦਿੱਤਾ ਨਹੀਂ ਜਾਂਦਾ। ਤੇ ਜਿਹੜਾ ਬੰਦਾ ਆਪ ਦੁਖੀ ਹੋਵੇ ਫਿਰ ਉਹ ਬੰਦਾ ਕਹਿੰਦਾ ਵੀ ਚਲੋ ਹੁਣ ਆਪਾਂ ਆਹ ਵੀ ਕੱਢ ਲਈਏ। ਉਹਦੇ ਸਵਾਲ ਜਵਾਬ ਜਿਹੜੇ ਹੈਗੇ ਉਹ ਕੋਈ ਲਏ ਦਿੱਤੇ ਨਹੀਂ ਜਾਂਦੇ, ਤਾਂ ਉਹਨੇ ਫਿਰ ਪੜਤਾਲ ਕੀਤੀ ਤੇ ਪੜਤਾਲ ਤੋਂ ਪਤਾ ਲੱਗਿਆ ਕਿ ਇਹ ਮਾਮਲਾ 2015 ਦਾ ਹੈ। 2015 ਦੇ ਵਿੱਚ ਕਿਤੇ ਇਹਦਾ ਜਿਹੜਾ ਹੈਗਾ ASI ਬੋਹੜ ਸਿੰਘ, ASI ਬੋਹੜ ਸਿੰਘ ਦੇ ਨਾਲ ਉਹ ਮੁੰਡੇ ਦਾ ਅਨੰਤਵੀਰ ਕੁਛ ਦਾ ਕੁਛ ਇਹੋ ਜਿਹਾ ਨਾਂ ਹੈ, ਉਹਦਾ ਕੋਈ ਸੀ, ਉਹਨੇ ਕੰਪਲੇਂਟ ਕੀਤੀ। ਉਸ ਕੰਪਲੇਂਟ ਦੇ ਆਧਾਰ ਦੇ ਉੱਤੇ FIR ਹੁਣ ਹੋਈ ਹੈ, ਜਿਹਦੇ ਮੁੰਡੇ ਵੱਲੋਂ ਕੰਪਲੇਂਟ ਉਦੋਂ ਸੀ, FIR ਹੁਣ ਹੋਈ ਹੈ। ਪਰ ਜਿਹੜਾ ਅਸਲ ਰੌਲਾ ਹੈ, ਅਸਲ ਰੌਲਾ ਇਹ ਹੈ ਕਿ ਉਹਨਾਂ ਨੇ ਜਿਹੜੀ ਗੱਲ ਔਨ ਰਿਕਾਰਡ ਆਈ ਹੈ ਕਿ ਸੰਧਵਾਂ ਸਾਹਿਬ ਦਾ ਇੱਕ ਭਰਾ ਵਕੀਲ ਹੈ ਸ਼ਾਇਦ, ਉਹ ਉਹਦੀ ਉਸ ਥਾਣੇਦਾਰ ਨਾਲ ਹੋਈ ਤੂੰ ਤੂੰ ਮੈਂ, ਉਹਨੇ ਥਾਣੇਦਾਰ ਨੂੰ ਕੱਢੀਆਂ ਗਾਲਾਂ, ਉਹਦੀ ਵੀਡੀਓ ਉਹਦੇ ਕੋਲ ਪਈ ਹੈ, ਉਹਨੇ ਰਿਕਾਰਡ ਕੀਤਾ ਸਾਰਾ ਕੁਛ, ਵੀਡੀਓ ਆਡੀਓ ਸੋਰੀ ਰਿਕਾਰਡ ਕੀਤਾ। ਤੇ ਥਾਣੇਦਾਰ ਨੇ ਪਿਛਲੇ ਦਿਨਾਂ ਦੇ ਵਿੱਚ ਉਹਦੇ ਖਿਲਾਫ਼ ਜਾ ਕੇ DDR ਪਵਾਤੀ ਥਾਣੇ 'ਚ, ਜਿਹਦੀ ਮੈਨੂੰ ਉਹਨੇ ਗਾਲਾਂ ਕੱਢੀਆਂ। ਅਸਲ ਦੇ ਵਿੱਚ ਚਾਹੀਦੀ ਤਾਂ FIR ਸੀ ਕਿ ਪਰਚਾ ਹੁੰਦਾ, ਪਰਚਾ ਨਹੀਂ ਕੀਤਾ, ਕਹਿੰਦੀ DDR ਪਾਤੀ। ਔਰ ਉਹ ਪੁਰਾਣੇ ਕੇਸ ਨੂੰ ਇਹ ਆਧਾਰ ਬਣਾ ਕੇ ਜੀ ਉਹ ਤਾਂ ਗੈਂਗਸਟਰ ਸੀ, ਗੈਂਗਸਟਰ ਤੋਂ ਪੈਸੇ ਐ ਲਏ ਉਹਨੇ ਜ਼ਰੂਰ ਲਏ ਹੋਣਗੇ, ਥਾਣੇਦਾਰ ਨੇ ਪੈਸੇ ਸੀ ਉਹਨੂੰ ਸਰਟੀਫਿਕੇਟ ਨਹੀਂ ਦਿੱਤੇ। ਲੇਕਿਨ ਜਿਵੇਂ ਇਹਨੂੰ ਸਨਸਨੀ ਖੇਜ ਬਣਾ ਕੇ ਪੇਸ਼ ਕੀਤਾ ਗਿਆ, ਸਾਰੀ ਵਿਧਾਨ ਸਭਾ ਤੋਂ ਮਦਦ ਲਈ ਗਈ, ਉਮਰ ਵਿਜੇ ਪ੍ਰਤਾਪ ਸਿੰਘ ਨੂੰ ਇਸਤੇਮਾਲ ਕੀਤਾ ਗਿਆ, ਤੇ ਫਿਰ ਨਾਲ ਦੀ ਨਾਲ ਜਿਹੜਾ ਹੈਗਾ DGP ਨੂੰ ਤਲਬ ਕੀਤਾ ਗਿਆ ਕਿ DGP ਕੱਲ ਆਵੇ, ਪਰ ਕੱਲ DGP ਗਿਆ ਨੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ DGP ਕਿਉਂ ਨੀ ਗਿਆ, ਕਿਉਂਕਿ ਰੌਲਾ ਪੈ ਗਿਆ, ਮੁੱਖ ਮੰਤਰੀ ਵੀ ਕੱਚਾ ਖਿਡਾਰੀ ਨੀ, ਉਹਦਾ ਡਿਪਾਰਟਮੈਂਟ ਆ ਹੋਮ ਡਿਪਾਰਟਮੈਂਟ, ਕੀ ਕਹਾਣੀ ਕੀ ਹੈ? ਜੇ ਸਾਡੇ ਤੁਹਾਡੇ ਕੋਲੇ ਦੁਨੀਆ ਆਸਟ੍ਰੇਲੀਆ ਚ ਬੈਠੇ ਇਹਨਾਂ ਕੋਲੇ ਗੱਲ ਜਾ ਸਕਦੀ ਹੈ, ਤਾਂ ਮੁੱਖ ਮੰਤਰੀ ਕੋਲੇ ਵੀ ਇੱਕ ਤੰਤਰ ਹੈਗਾ, ਪੁਲਿਸ ਨੇ ਸਾਰੀ ਸਾਰੀ ਗੱਲ ਦੱਸਦੀ ਹੋਣੀ ਹੈ। ਹੋ ਸਕਦਾ ਵੀ ਇਹ ਮਾਮਲਾ ਜਿਹੜਾ ਦਿੱਲੀ ਤੱਕ ਵੀ ਪਹੁੰਚਿਆ ਹੋਵੇ, ਦਿੱਲੀ ਦਰਬਾਰ ਤੱਕ, ਕਿਉਂਕਿ ਇਹਨਾਂ ਦੀ ਅਸਲ ਸੁਪਰੀਮੋ ਤਾਂ ਦਿੱਲੀ ਬੈਠੇ ਹੈ ਨਾ, ਉੱਥੋਂ ਤੱਕ ਬੈਠਾ ਹੋਵੇ, ਤੇ ਕੱਲ ਬੈਕ ਕੇ ਰਾਹ ਵੀ ਪਾ ਲਿਆ ਸੰਧਵਾਂ ਸਾਹਿਬ ਨੇ। ਉਹ ਕਹਿੰਦੇ ਜੀ ਨਹੀਂ ਇਹ ਗੱਲ ਛੱਡੋ, ਤੁਸੀਂ DGP ਸਾਹਿਬ ਕਹਿੰਦੇ ਇਹਨੂੰ DGP ਨੂੰ ਨੀ, ਕਾਲੀਆਂ ਭੇਡਾਂ ਨੂੰ ਪਾਲੋ। ਤੇ ਇੱਕ ਚਿੱਠੀ ਜਿਹੜੀ ਹੈ ਉਹ ਲਿਖਤੀ ਹੋਮ ਸੈਕਟਰੀ ਨੂੰ ਕਿ 3 ਦਿਨਾਂ ਦੇ ਵਿੱਚ ਸਾਰੇ ਮਹਿਕਮੇ ਦੇ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਦੀ ਸੂਚੀ ਦਿਓ ਜੀ ਸਾਨੂੰ, ਆਪਾਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ, ਕਿੱਧਰ ਬੁੜੀ ਦਾ ਮਰਨਾ ਤੇ ਕਿੱਧਰ ਹਲ ਉਕੜੂ। ਉਹ ਮਤਲਬ ਮੇਰੇ ਖਿਆਲ ਮੁਤਾਬਕ ਸੰਧਵਾਂ ਹੋਣਾ ਨੇ ਕੱਲ ਆਪਣੇ ਆਪ ਹੀ ਆਪਦੇ ਪੈਰਾਂ ਦੇ ਵਿੱਚ ਜੂੜ ਪਾ ਲਿਆ। ਔਰ ਇੱਥੇ ਗੱਲ ਫਿਰ ਇਹ ਆਉਂਦੀ ਹੈ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਗੁਰੂ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਗੁਰੂ ਅਸੀਂ ਉਹ ਗੁਰੂ ਨੂੰ ਕਹਿੰਦੇ, ਗੁਰਬਾਣੀ ਨੂੰ ਗੁਰੂ ਹੈ ਜਿਹੜਾ ਜਿਹਨਾਂ ਨਾ ਜਿਹੜਾ ਸ਼ਬਦ ਗੁਰੂ ਹੈ ਅਸਲ ਦੇ ਵਿੱਚ, ਇਹਦੀ ਕਿ ਉੱਥੇ ਕੀ ਹੈ। ਇਹੀ ਜਿਹੜੇ ਸੰਧਵਾਂ ਸਾਹਿਬ ਦੇ ਮੈਂ ਯਾਦ ਕਰਾਉਣਾ ਤੁਹਾਨੂੰ
ਜਦੋਂ ਇੱਕ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣੀ ਬਣੀ ਹੈ, ਇਹਨਾਂ ਨੇ ਜਿਹੜੀ ਉਹ ਬੇਅਦਬੀ ਵਾਲੇ ਮੁੱਦਿਆਂ ਨੂੰ ਜਾਂ ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਉਸ ਮਾਮਲੇ ਨੂੰ ਨਿਬੇੜਨ ਵਾਸਤੇ ਇੱਕ ਟੀਮ ਬਣਾਈ ਸੀ ਵਕੀਲਾਂ ਦੀ, ਕਿ ਵਕੀਲਾਂ ਦੀ ਟੀਮ ਜਾਊਗੀ ਜਾ ਕੇ ਤੇ ਉਹਨਾਂ ਨਾਲ ਤਾਲਮੇਲ ਕਰੂਗੀ, ਤਾਲਮੇਲ ਕਰਕੇ ਤੇ ਫਿਰ ਇਹ ਸਾਰਾ ਕੁਛ ਕਰੂਗੀ, ਸਾਡੀ ਜਿਹੜੀ ਹੈਗੀ ਪਰਫਾਰਮੈਂਸ ਕੀ ਹੈ ਜੀ ਅਸੀਂ ਉਹ ਵੀ ਦਿਖਾਵਾਂਗੇ। ਉਹ ਵਕੀਲਾਂ ਦੀ ਟੀਮ ਉੱਥੇ ਆਈ ਸੀ, ਨਿਆਮੀ ਵਾਲਾ ਜਿੱਥੇ ਬੈਠਾ ਸੀਗਾ, ਸੁਖਰਾਜ ਹੈ ਸ਼ਾਇਦ ਉਹ ਮੁੰਡੇ ਦਾ ਨਾਂ, ਕ੍ਰਿਸ਼ਨ ਭਗਵਾਨ ਸਿੰਘ ਦਾ, ਉਹਦੇ ਕੋਲੇ ਆਈ, ਇਹ ਵੀ ਆਏ ਸੀ ਤੇ ਨਾਲ ਮੇਰੇ ਖਿਆਲ ਹਰਜੋਤ ਬੈਂਸ ਵੀ ਆਇਆ ਸੀ। ਉਦੋਂ ਸਪੀਕਰ ਸਾਹਿਬ ਨੇ ਕਿਹਾ ਸੀ ਕਿ ਜੇ ਇੰਨੇ ਚਿਰ ਚ ਨਾ ਹੋਇਆ ਤਾਂ ਮੈਂ ਉਹ ਕੁਰਸੀ ਛੱਡ ਦੂ, ਮੈਂ ਇੱਥੇ ਬੈਠੂਗਾ ਕਿ ਮੇਰੇ ਲਈ ਗੁਰੂ ਵੱਡਾ ਹੈ, ਇਹ ਤਾਂ ਆ ਕੇ ਬੈਠੇ ਨੀ ਗੇ। ਹੁਣ ਆਪਾਂ ਜੋ ਜੋ ਉੱਥੇ ਆ ਕੇ ਨੀ ਬੈਠੇ, ਇੱਥੋਂ ਇਹ ਪਤਾ ਲੱਗਦਾ ਕਿ ਗੱਲਾਂ ਕਹਿੰਦੀਆਂ ਕੁਛ ਹੋਰ ਹੁੰਦੀਆਂ, ਕਰਾਉਂਦੀਆਂ ਕੁਛ ਹੁੰਦੀਆਂ, ਇਹ ਬੜਾ ਕੁਛ ਹੁੰਦਾ ਇਹਦੇ ਚ ਮੇਰੇ ਖਿਆਲ ਵੀ ਸੰਧਵਾ ਸਾਹਿਬ ਨੇ ਖੱਟਿਆ ਕੁਛ ਨੀ, ਗੁਆਇਆ ਕਿ ਉਹਨਾਂ ਦੀ ਕੋਈ ਮਾੜੀ ਮੋਟੀ ਇੱਜ਼ਤ ਬਣੀ ਸੀਗੀ। ਉਹ ਆਇਆ ਗੁਰਪ੍ਰੀਤ ਹੋਰਾਂ ਦੀ ਗੱਲ ਠੀਕ ਹੈ ਕਿ ਜਦੋਂ ਕੋਈ MLA ਸਮਾਂ ਮੰਗਦਾ ਉਦੋਂ ਕਹਿੰਦਾ ਨਹੀਂ ਨਹੀਂ ਟਪਾ ਦੇ ਉਹਨੂੰ, ਖਹਿਰਾ ਹੋ ਗਿਆ, ਕੁੰਵਰ ਵਿਜੇ ਪ੍ਰਤਾਪ ਹੋ ਗਿਆ, ਕੁੰਵਰ ਵਿਜੇ ਪ੍ਰਤਾਪ ਨੇ ਉਧਰ ਵੀ ਗੱਲ ਕਹੀ ਸੀ, ਕਹਿੰਦਾ ਜੀ ਮੈਂ ਇਹਦੇ ਵਾਸਤੇ ਤਿਆਰੀ ਤਾਂ ਮੈਂ ਹੋਰ ਕੰਮ ਵਾਸਤੇ ਕਰਕੇ ਆਇਆ ਸੀ, ਮੈਨੂੰ ਉਹ ਮੌਕਾ ਦਿੱਤਾ ਗਿਆ ਵੀ ਉਹਨਾਂ ਨੂੰ ਉਹ ਮੌਕਾ ਮਿਲਦਾ ਨੀ। ਕੱਲ ਵੀ ਬੋਲਿਆ ਕੁੰਵਰ ਵਿਜੇ ਪ੍ਰਤਾਪ, ਪਰ ਕੱਲ ਉਹਨੇ ਜਿਹੜਾ ਨਾਂ ਲੈ ਕੇ ਬੋਲਿਆ ਕਿ ਇੱਥੇ ਤਾਂ ਜੀ ਵਜ਼ੀਰਾਂ ਅਫਸਰ ਜਿਹੜੇ ਹੈਗੇ ਉਹ ਵਜ਼ੀਰਾਂ ਦੀ ਗੱਲ ਨੀ ਸੁਣਦੇ, ਇੱਕ ਉਹਦਾ ਜੇਈ ਦਾ ਨਾਂ ਲਿਆ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ, ਕਿ ਜੇਈ ਆ ਸੀਵਰ ਦਾ ਪਾਣੀ ਲੋਕਾਂ ਦੀਆਂ ਰਸੋਈਆਂ ਦੀ ਵੜਿਆ ਵੜਿਆ ਫਿਰਦਾ, ਪਰ ਉਹ ਤਾਂ ਕਹਿੰਦਾ ਵੀ ਉਹ ਜੇਈ ਜਿਹੜਾ ਹੈਗਾ ਉਹਦਾ ਤਾਂ ਤਾਕਤ ਉਹਦੀ ਮੰਤਰੀ ਤੋਂ ਵੀ ਵੱਡੀ ਹੈ, ਮੰਤਰੀ ਨੇ ਪਿਛਲੀ ਵਾਰੀ ਵੀ ਕਿਹਾ ਸੀ ਕਿ ਆਹ ਕੁਛ ਹੋਊਗਾ ਤੇ ਹੋਇਆ ਨੀ, ਇਹਦਾ ਮਤਲਬ ਉਹ ਜੇਈ ਵੱਡਾ ਹੈ। ਉਹਨਾਂ ਗੱਲਾਂ ਦਾ ਕੋਈ ਜਵਾਬ ਹੈ ਨੀ, ਉਹਨਾਂ ਗੱਲਾਂ ਦੇ ਉੱਤੇ ਕੋਈ ਕਾਰਵਾਈ ਨੀ ਹੁੰਦੀ ਜਿਹੜੇ ਕੁੰਵਰ ਵਿਜੇ ਪ੍ਰਤਾਪ ਆਪਣਾ ਆਪੋ ਆਪਣਾ ਬਦਲ ਜਿਹੜਾ ਹੈਗਾ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਅੰਦਰੂਨੀ ਲੱਗਦਾ ਹੈ ਵੀ ਮੁੱਖ ਮੰਤਰੀ ਦੇ ਸਪੀਕਰ ਸਾਹਿਬ ਸੰਧਵਾ ਸਾਹਿਬ ਦੇ ਆਪਸ ਜਿਹੜੇ ਹੈਗੇ ਆ ਸੰਬੰਧ ਅੱਛੇ ਨੀ ਲੱਗਦੇ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਪਹਿਲਾਂ ਸੰਜੇ ਸਿੰਘ ਆ ਕੇ ਰਾਜੀਨਾਮਾ ਜਿਹਾ ਕਰਵਾ ਗਿਆ ਸੀ, ਪਰ ਗੱਲ ਉੱਥੇ ਦੀ ਉੱਥੇ ਖੜੀ ਹੈ ਹਾਲੇ ਤੱਕ ਜੀ। ਹਾਂ ਬਿਲਕੁਲ ਜੀ, ਆਪਾਂ ਫਿਰੋਜ਼ਪੁਰ ਵਾਲੀ ਗੱਲਬਾਤ ਕਰਦੇ ਜਿਹੜੇ ਤਿੰਨ ਭੈਣ ਭਰਾਵਾਂ ਦਾ ਹਾਂਜੀ, ਇਹ ਕੱਲ ਜਿਹੜੀ ਅਸਲ ਦੇ ਵਿੱਚ ਇੱਕ ਲੜਕੀ ਹੈ ਜੀ ਜਸਪ੍ਰੀਤ ਇਹਦਾ ਨਾਂ ਸੀ, ਇਹਦੀ ਮੈਰਿਜ ਸੀ ਜੀ, ਇਹਦੀ 27 ਅਕਤੂਬਰ ਨੂੰ ਮੈਰਿਜ ਹੋਣੀ ਸੀ ਕੁੜੀ ਦੀ। ਇਹ ਕੁੜੀ ਦਾ ਬਾਪ ਥੋੜਾ ਸਮਾਂ ਪਹਿਲਾਂ ਸੁਰਗਵਾਸ ਹੋ ਗਿਆ ਸੀ ਜੀ, ਤਾਂ ਇਹਦਾ ਇੱਕ ਕਜ਼ਨ ਬ੍ਰਦਰ ਹੈ, ਉਹਨੇ ਮਤਲਬ ਲਿਆ ਵੀ ਚਲੋ ਕੋਈ ਗੱਲ ਨੀ, ਜੇ ਭਾਈ ਤੇਰਾ ਬਾਪ ਕੁੜੀ ਦਾ ਮਰ ਗਿਆ ਤਾਂ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਤੇ ਮੈਂ ਲੜਕੀ ਦਾ ਵਿਆਹ ਕਰੂੰਗਾ ਜੀ। ਉਹਦਾ ਨਾਂ ਹੈਗਾ ਜੀ ਦਿਲਦੀਪ ਉਰਫ ਲਾਲੀ ਜੀ। ਦਿਲਦੀਪ ਉਰਫ ਲਾਲੀ ਜਿਹੜਾ ਹੈਗਾ ਉਹ ਇਸ ਉਹ ਮੁੰਡਾ ਜਿਹੜਾ ਹੈਗਾ ਨਾਲ ਉਹਦਾ ਇੱਕ ਦੋਸਤ ਸੀ ਜਿਹਦਾ ਨਾਂ ਆਕਾਸ਼ਦੀਪ ਹੈ ਜੀ, ਇਹ ਦੋਨੋਂ ਤੇ ਨਾਲੇ ਕੁੜੀ ਦੇ ਭਰਾ, ਇਹ ਸਾਰਾ ਟੱਬਰ ਜਿਹੜਾ ਹੈ ਕਾਰ ਦੇ ਵਿੱਚ ਬੈਠ ਕੇ ਖਰੀਦੋ ਫਰੋਖਤ ਵਾਸਤੇ ਕੱਪੜੇ ਕੁਪੜੇ ਲੈਣ ਵਾਸਤੇ ਜਾ ਰਹੇ ਸੀ ਜੀ। ਔਰ ਇਨ ਦੀ ਮੀਨ ਟਾਈਮ ਦੋ ਮੋਟਰਸਾਈਕਲਾਂ ਤੇ 6 ਬੰਦੇ ਆਏ ਤੇ ਉਹਨਾਂ 6 ਬੰਦਿਆਂ ਨੇ ਅੰਨੇ ਵਾਹ ਫਾਇਰਿੰਗ ਕਰਤੀ, ਉਹਦੇ ਵਿੱਚ 3 ਵਜੇ ਲੜਕੀ ਮਰ ਗਈ ਦਿਲਦੀਪ, ਤੇ ਮੇਰਾ ਖਿਆਲ ਇੱਕ ਹੋਰ ਮੁੰਡਾ ਮਰ ਗਿਆ ਇਹਦੇ ਭਰਾ ਇਹਦਾ, ਔਰ 1-2 ਬੰਦੇ ਹਾਲੇ ਤੱਕ ਜ਼ਖਮੀ ਹੈ। ਬਹੁਤ ਹੀ ਹਿਰਦੇ ਵਿੱਚ ਇਹ ਗੁਰਦੁਆਰਾ ਅਕਾਲਗੜ੍ਹ ਸਾਹਿਬ ਹੈ ਮੇਰਾ ਖਿਆਲ ਹੈ, ਜਿੱਥੇ ਕੰਬੋਜ ਕਲੋਨੀ ਹੈ ਕਿ ਉੱਥੇ ਸਾਰਾ ਕੁਛ ਹੋਇਆ। ਤਾਂ ਉਹ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਉੱਥੇ ਪੁਲਿਸ ਆਈ ਮੌਕੇ ਤੇ, ਪੁਲਿਸ ਨੇ ਆ ਕੇ 3 ਬੰਦੇ ਜਿਹੜੇ ਹੈਗੇ ਹੈ CCTV ਦੇ ਵਿੱਚੋਂ ਜਾਂਦੇ ਦੇਖ ਵੀ ਲਏ ਹੈ, ਸੋਸ਼ਲ ਮੀਡੀਆ ਤੇ ਜਾਰੀ ਕਰਤੀ ਹੈ ਤਸਵੀਰ, ਕਿ ਇਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ। ਜਿਹੜੀ ਗੱਲ ਹੁਣ ਉੱਭਰ ਕੇ ਸਾਹਮਣੇ ਆ ਰਹੀ ਹੈ ਜੀ, ਅਸਲ ਦੇ ਵਿੱਚ ਕਹਿੰਦੇ ਜਿਹੜਾ ਇਹ ਮੁੰਡਾ ਦਿਲਦੀਪ ਹੈ ਇਹਦਾ ਕੋਈ ਅਸ਼ੀਸ਼ ਗੈਂਗ ਹੈ ਉਹਦੇ ਨਾਲ ਸੰਬੰਧ ਹੈ, ਦੂਜੇ ਗੈਂਗ ਵਾਲੇ ਜਿਹੜੇ ਹੈਗੇ ਦਿਲਦੀਪ ਉਹਨਾਂ ਨਾਲ ਇਹਦਾ ਟਕਰਾਅ ਹੈ, ਇਹਦਾ ਰਿਕਾਰਡ ਵੀ ਕੋਈ ਬਹੁਤਾ ਚੰਗਾ ਨੀ, ਆ ਗੈਂਗ ਸਟਰ ਵਾਲੀ ਜਿਹੜੀ ਲੜਾਈ ਝਗੜਾ ਹੁੰਦਾ ਨਾ ਉਹਦੇ ਚ ਹੈ, ਔਰ ਸ਼ੱਕ ਇਹ ਹੈ ਕਿ ਜਿਹੜਾ ਆਸ਼ੀਸ਼ ਗੈਂਗ ਹੈ ਆਸ਼ੀਸ਼ ਗੈਂਗ ਨੇ ਇਹ ਕਾਰਵਾਈ ਕੀਤੀ ਹੈ, ਟਾਰਗੇਟ ਦਿਲਦੀਪ ਸੀ ਲੇਕਿਨ ਜਦੋਂ ਅੰਨੇ ਵਾਹ ਫਾਇਰਿੰਗ ਕੀਤੀ ਤੇ ਉਹ ਮਤਲਬ ਜਿਹੜਾ ਹੈਗਾ 3 ਬੰਦਿਆਂ ਦੀ ਮੌਤ ਹੋ ਗਈ ਹੈ।
ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹੈ, ਪਰ ਕਿਉਂਕਿ ਸੀਸੀਟੀਵੀ ਤੇ ਜਿਹੜੀ ਉਹ ਕਾਰਵਾਈ ਆਪਣੀ ਫੋਟੋ ਸਾਹਮਣੇ ਆ ਗਈ ਹੈ, ਉਹਦੇ ਆਧਾਰ ਦੇ ਉੱਤੇ ਸ਼ਾਇਦ ਉਹਨਾਂ ਨੇ ਕੋਈ ਟਰੇਸ ਕਰ ਲੈਣ, ਕਿਉਂਕਿ ਜਦੋਂ ਇਹ ਤਕਨੀਕੀ ਆਧਾਰ ਦੇ ਉੱਤੇ ਜਾਂਚ ਹੁੰਦੀ ਹੈ ਜਿਹਦੇ ਵਿੱਚ ਪਤਾ ਲੱਗ ਜਾਂਦਾ ਬੰਦਿਆਂ ਦਾ। ਆਹ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਸਾਰੇ ਬਠਿੰਡੇ ਦੇ ਵਿੱਚ ਇੱਕ ਪੈਟਰੋਲ ਪੰਪ ਤੋਂ ਕਰਿੰਦਾ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ 5 ਲੱਖ ਰੁਪਈਆ, ਤੇ ਰਾਜ ਕੁੱਟ ਕੇ ਉਦੋਂ ਖੋਲਿਆ ਸੀ, ਉਹ ਵੀ ਇਸੇ ਆਧਾਰ ਦੇ ਉੱਤੇ ਹੀ ਉਹਨਾਂ ਨੇ ਜਾਂਚ ਕੀਤੀ ਸੀ ਤੇ ਕੁੱਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਬੰਦੇ। ਪਰ ਇਹ ਜਿਹੜਾ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਚੱਲ ਰਿਹਾ ਜੀ, ਇਹਦਾ ਇੱਕ ਨਵੇਂ ਕਿਸਮ ਦਾ ਅੱਤਵਾਦ ਆਪਾਂ ਇਹਨੂੰ ਕਵਾਂਗੇ। ਇਹ ਅੱਤਵਾਦ ਹੈ ਜਿਹੜਾ 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 ਜਿਹੜੀ ਐਨਰਜੀ ਦੂਜੇ ਪਾਸੇ ਵੇਸਟ ਕਰਦੇ ਆ, ਇੱਕ